ਸ਼ੁਰੂ ਹੋ ਜਾਣਗੇ ਕਿ ਕਿੰਨਾ ਮਾੜਾ ਕੀਤਾ ਇਹਨਾਂ ਨੇ ਆਪਣੇ ਨਾਲ ਆਪਣੇ ਗੁਲਾਮ ਬਣਾ ਕੇ ਇਹਨਾਂ ਨੇ ਰੱਖ ਲੈਣਾ ਆਉਣ ਵਾਲੇ ਸਾਲਾਂ 'ਚ। ਅੱਜ ਤੁਹਾਨੂੰ ਇਹ ਲੱਗ ਰਿਹਾ ਹੋਏਗਾ ਸਹੀ ਹੈ ਨੇ ਜਿਹੜੇ ਕਹਿੰਦੇ ਨੇ ਕਿ ਆਪਾਂ ਆਪਣੀ ਤਾਂ ਕੋਈ ਪ੍ਰੋਬਲਮ ਨਹੀਂ, ਕਿਸਾਨਾਂ ਦੀ ਪ੍ਰੋਬਲਮ, ਮਜ਼ਦੂਰਾਂ ਦੀ ਪ੍ਰੋਬਲਮ ਆ। ਨਹੀਂ, ਇਹ ਹਰ ਇੱਕ ਇਨਸਾਨ ਲਈ ਇਹ ਬਹੁਤ ਵੱਡਾ ਮੁੱਦਾ ਆ, ਬਹੁਤ ਸੀਰੀਅਸ ਗੱਲ ਆ। ਸੋ ਮੈਂ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਇਹੀ ਹੱਥ ਜੋੜ ਕੇ ਬੇਨਤੀ ਕਰਦੀ ਹੈ ਕਿ ਪਲੀਜ਼ ਤੁਸੀਂ ਜਿੰਨਾ ਹੋ ਸਕਦਾ ਹੈ ਸਾਥ ਦਿਓ। ਜਿੱਥੇ ਵੀ ਧਰਨੇ ਲੱਗ ਰਹੇ ਨੇ ਉੱਥੇ ਤੁਸੀਂ ਸਾਰੇ ਆਪਣੇ ਵੀਰ ਭਾਈਆਂ ਨੂੰ ਲੈ ਕੇ ਉੱਥੇ ਪਹੁੰਚੋ ਪਲੀਜ਼, ਤੁਹਾਡੇ ਸਾਥ ਦੀ ਬਹੁਤ ਜ਼ਿਆਦਾ ਲੋੜ ਹੈ। ਅੱਜ ਇਹਦੇ ਖਿਲਾਫ ਖੜ੍ਹੇ ਹਾਂ, ਆਵਾਜ਼ ਉਠਾ ਰਹੇ ਹਾਂ, ਅਤੇ ਸਾਰਿਆਂ ਦੀ ਆਵਾਜ਼ ਉੱਥੋਂ ਤੱਕ ਪਹੁੰਚਣੀ ਚਾਹੀਦੀ ਹੈ ਤਾਂ ਕਿ ਜਿਹੜਾ ਆਰਡੀਨੈਂਸ ਹੈ ਇਹ ਉਹ ਬਦਲ ਸਕਣ, ਇਹਨੂੰ ਖਤਮ ਕਰ ਸਕਣ ਔਰ ਕਿਸਾਨਾਂ ਦੇ ਹੱਕ ਦੀ ਗੱਲ ਕੀਤੀ ਜਾਵੇ। ਅਤੇ ਅੱਜ ਮੈਂ ਇੱਕ ਕਿਸਾਨ ਦੀ ਧੀ ਹੋਣ ਦੇ ਨਾਤੇ, ਇੱਕ ਪੰਜਾਬਣ ਹੋਣ ਦੇ ਨਾਤੇ, ਪੰਜਾਬ ਦੀ ਧੀ ਹੋਣ ਦੇ ਨਾਤੇ ਅੱਜ ਮੈਂ ਇਹ ਸਮਝਦੀ ਸੀ ਕਿ ਮੇਰਾ ਫਰਜ਼ ਆ ਕਿ ਮੈਂ ਵੀ ਜਾ ਕੇ ਜਿਹੜੀ ਇਹ ਆਵਾਜ਼ ਆ ਇਹ ਉਠਾਵਾਂ, ਕਿਸਾਨਾਂ ਦੇ ਔਰ ਮਜ਼ਦੂਰਾਂ ਦੇ ਹੱਕ ਦੀ ਗੱਲ ਕਰਾਂ, ਕਿਉਂਕਿ ਮੈਂ ਕਿਸਾਨ ਦੀ ਧੀ ਹਾਂ ਔਰ ਇਹ ਜੋ ਵੀ ਹੋ ਰਿਹਾ ਬਹੁਤ ਗਲਤ ਹੋ ਰਿਹਾ। ਸਾਰੇ ਜਣੇ ਪਲੀਜ਼, ਜਿੰਨਾ ਵੀ ਤੁਸੀਂ ਸੋਸ਼ਲ ਮੀਡੀਆ 'ਤੇ ਸ਼ੇਅਰ ਤਾਂ ਕਰ ਹੀ ਰਹੇ ਹੋ, ਦੇਖ ਵੀ ਰਹੇ ਹੋ, ਵੀਡੀਓ ਵੀ ਹੁਣ ਤੁਸੀਂ ਬਣਾ ਰਹੇ ਹੋ, ਪਰ ਤੁਹਾਡਾ ਸਾਥ ਚਾਹੀਦਾ ਆ ਗਰਾਊਂਡ 'ਤੇ। ਆਪਾਂ ਜਾਵਾਂਗੇ, ਉਹਨਾਂ ਨੂੰ ਦੱਸਾਂਗੇ, ਉਹਨਾਂ ਨਾਲ ਮੱਥਾ ਮਾਰਾਂਗੇ, ਤਾਂ ਹੀ ਕੁਛ ਬਣਨਾ ਆ। ਵੀਡੀਓ ਰਿਕਾਰਡਾਂ ਕਰਕੇ ਪਾਉਣ ਨਾਲ ਕੁਛ ਹੱਦ ਤੱਕ ਹੈਲਪ ਹੋਊਗੀ, ਬਟ ਜਿੱਦਾਂ ਅੱਜ ਅਸੀਂ ਆਏ ਹਾਂ ਸੰਘਰਸ਼ ਦੇ ਵਿੱਚ ਸ਼ਾਮਿਲ ਹੋਏ ਹਾਂ, ਤੁਹਾਡਾ ਵੀ ਇੱਦਾਂ ਬਣਦਾ ਹੈ ਕਿ ਤੁਸੀਂ ਉਹਨਾਂ ਦੇ ਕਿਸਾਨਾਂ ਦੇ ਮਜ਼ਦੂਰਾਂ ਦੇ ਸੰਘਰਸ਼ ਦੇ ਵਿੱਚ ਸ਼ਾਮਿਲ ਹੋਵੋ। ਹੱਥ ਜੋੜ ਕੇ ਬੇਨਤੀ ਆ, ਹੁਣ ਹੀ ਟਾਈਮ ਹੈਗਾ, ਇਹ ਕਿਤੇ ਹੱਥੋਂ ਨਾ ਨਿਕਲ ਜਾਏ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਅੱਜ ਅਸੀਂ ਇੱਥੇ ਕੋਈ ਫਿਲਮੀ ਕਲਾਕਾਰ ਨਹੀਂ ਬਣ ਕੇ ਆਏ, ਅਸੀਂ ਕਿਸਾਨ ਪਰਿਵਾਰ ਤੋਂ ਹਾਂ, ਮੈਂ ਵੀ ਜਪਜੀ ਖਹਿਰਾ ਜੀ ਵੀ, ਅਤੇ ਮੇਰਾ ਬਚਪਨ ਖੇਤਾਂ 'ਚ ਨਿਕਲਿਆ, ਸਾਰੇ ਖੇਤੀ ਦੇ ਕੰਮ ਆਪਣੇ ਹੱਥੀਂ ਕੀਤੇ ਨੇ, ਐਕਟਰ ਉੱਕਟਰ ਤੋਂ ਬਾਅਦ 'ਚੋਂ ਬਣਿਆ। ਸੋ ਇਹ ਲੜਾਈ ਮੇਰੀ ਵੀ ਆਪਣੀ ਲੜਾਈ ਹੈ, ਜਿਵੇਂ ਤੁਹਾਡੀ ਲੜਾਈ ਹੈ ਉਵੇਂ ਮੇਰੀ ਲੜਾਈ ਹੈ। ਅਤੇ ਦੂਜੀ ਗੱਲ, ਮੈਂ ਇਹ ਕਹਿਣੀ ਚਾਹੂੰਗਾ ਕਿ ਮੈਂ ਕਿਸੇ ਪਾਰਟੀ ਵੱਲੋਂ ਨਹੀਂ ਆਇਆ, ਮੇਰਾ ਆਪਣਾ ਫਰਜ਼ ਸਮਝ ਕੇ ਆਇਆ, ਕਿਉਂਕਿ ਅੱਜ ਵੀ ਸਾਡਾ ਜਿਹੜਾ ਮੁੱਖ ਧੰਦਾ ਉਹ ਖੇਤੀ ਹੋਇਆ, ਮੇਰਾ ਭਰਾ ਖੇਤੀ ਕਰਦਾ, ਜੇ ਚਾਰ ਪੈਸੇ ਫਿਲਮਾਂ 'ਚੋਂ ਕਮਾਉਣੇ ਆ ਤਾਂ ਮਾਂ 'ਚ ਵੀ ਕਹਿੰਦੀ ਹੈ ਬੁੱਤ ਚਾਰ ਕੁ ਟੁੱਕ, ਚਾਰ ਕੁ ਫੁੱਟ ਜ਼ਮੀਨ ਦੇ ਦੇਖ ਲਿਓ, ਹੈ ਨਾ, ਕਿਉਂਕਿ ਬਾਬੇ ਦੀ ਕਿਰਪਾ ਜ਼ਮੀਨ ਨਾਲ ਜੁੜੇ ਹੋਏ ਆ, ਇਹ ਧੰਦੇ ਤੋਂ ਬਿਨਾਂ ਹੋਰ ਵੀ ਧੰਦਾ ਆਉਂਦਾ ਵੀ ਨਹੀਂ। ਸੋ ਹੁਣ ਮੈਂ ਕਹਿਣਾ ਚਾਹੂੰਗਾ ਕਿ ਇਹ ਜਿਹੜੀਆਂ ਆਪਾਂ ਕਰਦੇ ਹਾਂ ਫਲਾਣੀ ਪਾਰਟੀ ਮੁਰਦਾਬਾਦ, ਫਲਾਣੀ ਪਾਰਟੀ ਜ਼ਿੰਦਾਬਾਦ, ਇਹ ਪਾਰਟੀਆਂ ਦੇ ਮੁਰਦਾਬਾਦ ਜ਼ਿੰਦਾਬਾਦ ਕਰਨ ਦਾ ਟਾਈਮ ਨਹੀਂ ਹੈਗਾ। ਇਹ ਟਾਈਮ ਹੈਗਾ ਕਿਸਾਨ ਲਈ ਲੜਨ ਦਾ, ਪਾਰਟੀਆਂ ਤੋਂ ਉੱਪਰ ਉੱਠ ਕੇ ਪਾਰਟੀਬਾਜ਼ੀ ਛੱਡ ਕੇ। ਸੋ ਪੋਲਿਟਿਕਸ ਕਰਨ ਦਾ ਟਾਈਮ ਨਹੀਂ ਹੈਗਾ, ਕਿਸਾਨ ਦੇ ਮਜ਼ਬੂਰੀ ਦੇ ਉੱਤੇ, ਮਜ਼ਦੂਰਾਂ ਦੇ ਇਸ ਕਾਲੇ ਆਰਡੀਨੈਂਸ ਦੇ ਉੱਤੇ ਪੋਲਿਟਿਕਸ ਕਰਨ ਦਾ ਬਿਲਕੁਲ ਟਾਈਮ ਨਹੀਂ ਹੈਗਾ। ਸੋ ਮੈਂ ਸਾਰੇ ਜਿੰਨੇ ਵੀ ਇੱਥੇ ਕਿਸਾਨ ਵੀਰ ਮੇਰੇ ਵਰਗੇ ਵੀਰ ਖੜ੍ਹੇ ਨੇ, ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੂੰਗਾ, ਵੱਡੇ ਬਜ਼ੁਰਗ ਖੜ੍ਹੇ ਨੇ, ਕਿ ਕਿਸੇ ਸਿਆਸੀ ਪਾਰਟੀ ਦੇ ਝੰਡੇ ਥੱਲੇ ਨਾ ਜਾਇਓ। ਕੋਈ ਪਾਰਟੀ ਤੁਹਾਨੂੰ ਕਵੇ ਕਿ ਇੱਥੇ ਮੋਰਚਾ ਲਾਉਣਾ, ਇੱਥੇ ਬੈਠਣਾ, ਜਿੱਥੇ ਤੁਹਾਨੂੰ ਕਿਸਾਨ ਜਥੇਬੰਦੀਆਂ ਕਹਿਣਗੀਆਂ, ਜਿਨ੍ਹਾਂ ਦੀ ਲੜਾਈ ਹੈ ਉੱਥੇ ਜਾ ਕੇ ਬੈਠਿਓ, ਮੈਂ ਇਹ ਅਪੀਲ ਕਰੂੰਗਾ। ਜੇ ਅੱਜ ਅਸੀਂ ਇੱਥੇ ਆਏ ਹਾਂ ਕਿਉਂਕਿ ਮੇਰੀ ਆਪਣੀ ਲੜਾਈ ਹੈ ਜੀ, ਕਿਉਂਕਿ ਬਿੱਲ ਸਭ 'ਤੇ ਪਾਸ ਹੋਣਾ, ਸਭ 'ਤੇ ਫਟਣਾ, ਅਤੇ ਆਪਾਂ ਸਾਰਿਆਂ ਨੂੰ ਇੱਕਜੁੱਟ ਹੋਣ ਦੀ ਲੋੜ ਹੈ, ਕਿਉਂਕਿ ਜੇ ਕਿਸਾਨ ਹੈ ਤਾਂ ਹੀ ਸਾਰੇ ਉਦਯੋਗ ਨੇ, ਤਾਂ ਹੀ ਕਾਰਖਾਨੇ ਨੇ, ਚਾਹੇ ਉਹ ਕੰਬਾਈਨ ਬਣਾਉਂਦਾ ਹੋਵੇ, ਚਾਹੇ ਟਰੈਕਟਰ ਬਣਾਉਂਦਾ ਹੋਵੇ, ਜੇ ਕਿਸਾਨ ਹੀ ਨਾ ਰਿਹਾ ਤਾਂ ਕੁਛ ਵੀ ਨਹੀਂ ਰਹਿਣਾ। ਸੋ ਇਹ ਗੱਲ ਹੈ ਜੀ, ਆਪਾਂ ਹੁਣ ਤੱਕ ਵੱਟਾਂ ਦੇ ਰੌਲਿਆਂ 'ਚ ਹੀ ਰਹੇ ਹਾਂ, ਵੱਟ ਪਿੱਛੇ ਚਾਚੇ ਤਾਏ ਵੀ ਸ਼ਰੀਕ ਬਣ ਜਾਂਦੇ ਨੇ, ਖੂਨ ਖੂਨ ਨਹੀਂ ਰਹਿੰਦਾ। ਪਟਵਾਰੀਆਂ ਨੂੰ ਪੈਸੇ ਦੇ ਕੇ ਅਸੀਂ ਮਸਾਂ ਵੱਟਾਂ ਸਿੱਧੀਆਂ ਕਰਾਈਆਂ, ਉਹਨਾਂ ਰੌਲਿਆਂ 'ਚੋਂ ਬਾਹਰ ਨਿਕਲੇ। ਸੋ ਹੁਣ ਇਹ ਹਜ਼ਾਰ ਹਜ਼ਾਰ ਏਕੜ ਦੇ ਕਲੱਸਟਰ ਬਣਾਉਣ ਨੂੰ ਫਿਰਦੇ ਨੇ, ਸਾਡੀਆਂ ਵੱਟਾਂ ਢਾਉਣ ਨੂੰ ਫਿਰਦੇ ਨੇ, ਕਿਸੇ ਦੀ ਜ਼ਮੀਨ ਕਿਸੇ 'ਚ ਰਲ ਗਈ, ਨਿਸ਼ਾਨਦੇਹੀਆਂ ਖਤਮ ਹੋ ਜਾਣਗੀਆਂ, ਅਸੀਂ ਫਿਰ ਉਹਨਾਂ ਮੁੱਦਿਆਂ 'ਤੇ ਵਾਪਸ ਲੜਦੇ ਫਿਰਾਂਗੇ। ਸੋ ਇਹ ਲੜਾਈਆਂ ਨੇ ਜੀ, ਜਿਹੜਾ ਕਿਸਾਨ ਹੈ ਨਾ ਅਣਖਲੇ ਹੀ ਲੜਿਆ। ਹੁਣ ਜਿੰਨੇ ਵੀ ਵੱਡੇ ਵੱਡੇ ਉਦਯੋਗਪਤੀ ਖਾਸ ਕਰ ਗੁਜਰਾਤੀ, ਸਾਰੇ ਅਰਬਾਂ ਕਰੋੜਾਂ ਰੁਪਈਆ ਲੈ ਕੇ ਭੱਜੇ ਨੇ, ਕੋਈ ਨਹੀਂ ਖੜਾ। ਕਿਸਾਨ ਦੇ ਸਿਰ 'ਤੇ ਮਾੜਾ ਜਿਹਾ ਕਰਜ਼ਾ ਹੁੰਦਾ, ਉਹ ਵੀ ਲਿਮਿਟ ਕਰਾਈ ਹੁੰਦੀ ਹੈ, ਕਿਉਂਕਿ ਮੈਨੂੰ ਵੀ ਪਤਾ ਸੀ ਵੀ ਲਿਮਟਾਂ ਕਰਾਉਂਦੇ ਰਹੇ ਹਾਂ, ਲਿਮਟ ਭਰਦੇ ਸੀਗੇ, ਹੈਨਾ, ਹਾੜੀ ਸੋਣੀ ਫਿਰ ਪੈਸੇ ਕਢਾ ਲੈਣੇ, ਫਿਰ ਭਰ ਦੇਣੀ, ਇਹ ਚੱਲਦਾ ਰਿਹਾ। ਕਿਸਾਨ ਹਮੇਸ਼ਾ ਹੀ ਕਰਜ਼ੇ ਤਲੇ, ਚਾਹੇ 50 ਕਿੱਲੇ ਹੋਣ, ਚਾਹੇ 100 ਹੋਵੇ, ਹਮੇਸ਼ਾ ਦਬਿਆ ਰਿਹਾ। ਤਾਂ ਮੈਂ ਇਹੀ ਕਹਿਣਾ ਚਾਹੂੰਗਾ ਕਿ ਜੇ ਸਾਡੇ ਸਿਰ 'ਤੇ ਭਾਵੇਂ 80,000 ਦਾ, ਭਾਵੇਂ 1,00,000 ਦਾ, 2,00,000 ਦਾ ਕਰਜ਼ਾ, ਬੈਂਕ ਵਾਲਾ ਜੇ ਕੁੰਡਾ ਖੜਕਾਉਂਦਾ ਸੀ ਤਾਂ ਆਪਣੀ ਇੱਜ਼ਤ ਦੀ ਪੈ ਜਾਂਦੀ ਸੀ, ਕਿ ਗੁਆਂਢੀ ਨੂੰ ਪਤਾ ਨਾ ਲੱਗ ਜੇ ਕਿ ਸਾਡੀ ਕਿਸੇ ਬੈਂਕ ਵਾਲੇ ਨੇ ਸਾਡਾ ਕੁੰਡਾ ਖੜਕਾਇਆ। ਉਹਦੇ ਲਈ ਆਪਣੀ ਇੱਜ਼ਤ ਦੀ ਖਾਤਰ ਉਹ ਸਲਫਾਸ ਪੀ ਲੈਂਦਾ ਸੀ, ਪਰ ਭੱਜਿਆ ਨਹੀਂ ਸੀ ਕਦੇ, ਕਦੇ ਭੱਜਿਆ ਨਹੀਂ, ਆਪਣੀ ਇੱਜ਼ਤ ਨੂੰ ਹਮੇਸ਼ਾ ਕਿਸਾਨ ਨੇ ਪਹਿਲਾਂ ਰੱਖਿਆ। ਸੋ ਇਹ ਲੜਾਈ ਸਾਡੀ ਸਭ ਦੀ ਸਾਂਝੀ, ਅਸੀਂ ਤਾਂ ਵੱਟ ਪਿੱਛੇ ਆਪਣੇ ਭਰਾ ਨੂੰ ਨਹੀਂ ਚੜ੍ਹਨ ਦਿੰਦੇ, ਤਾਂ ਮੋਦੀ ਨੂੰ ਕਿਵੇਂ ਚੜ੍ਹਨ ਦੇ ਦਾਂਗੇ।
ਉਹਦੇ ਜਿੰਨੇ ਵੀ ਕਾਰਪੋਰੇਟ ਹਾਊਸਿਸ ਨੇ ਉਹਨਾਂ ਨੂੰ ਕਿਵੇਂ ਚੜ੍ਹਨ ਦੇ ਦਾਂਗੇ ਤਾਂ ਸਾਡੇ ਫਿਰ ਟੰਬੇ ਵੀ ਤਿਆਰ ਨੇ ਉਹਨਾਂ ਲਈ ਕਿਉਂਕਿ ਕਿਸਾਨ ਹਮੇਸ਼ਾ ਅਰਥ ਲਈ ਅਤੇ ਆਪਣੀ ਜ਼ਮੀਨ ਲਈ ਆਪਣੀ ਜਾਨ ਮਾਰਦਾ ਰਿਹਾ ਚਾਹੇ ਉਹ ਆਜ਼ਾਦੀ ਦੀ ਲੜਾਈ ਹੋਵੇ ਉਹਦੇ ਵਿੱਚ ਵੀ ਅਸੀਂ ਸਭ ਤੋਂ ਵੱਡਾ ਯੋਗਦਾਨ ਪਾਇਆ ਸੋ ਇਸ ਕਰਕੇ ਮੈਂ ਤੁਹਾਨੂੰ ਸਾਰੇ ਵੀਰਾਂ ਨੂੰ ਰਿਕੁਐਸਟ ਕਰਨਾ ਆਇਆ ਖਾਸ ਕਰ ਨੌਜਵਾਨਾਂ ਨੂੰ ਕਿ ਘਰੇ ਬੈਠਣ ਦਾ ਟਾਈਮ ਨਹੀਂ ਬਹੁਤ ਸਾਰੇ ਕਿਸਾਨ ਅੱਜ ਵੀ ਹਲੇ ਵੀ ਘਰੇ ਬੈਠੇ ਨੇ ਅਤੇ ਬਹੁਤ ਸਾਰੀਆਂ ਜਥੇਬੰਦੀਆਂ ਧਰਨਿਆਂ 'ਤੇ ਨੇ ਤਾਂ ਸਾਰਿਆਂ ਦੀ ਸਾਂਝੀ ਲੜਾਈ ਹੈ ਅਤੇ ਕੱਲ੍ਹ ਨੂੰ ਇਹ ਧਰਨਾ ਇੰਨਾ ਕੁ ਵੱਡਾ ਬਣਾ ਦਿਉ ਇੰਨਾ ਕੁ ਸਫਲ ਬਣਾ ਦਿਉ ਕਿ ਕਿਸਾਨ ਜਿਹੜੀ ਇਹ ਸਰਕਾਰ ਦੇ ਕੰਨਾਂ 'ਤੇ ਜੂਨ ਹੀ ਸਰਕਰੀ ਪਟਾਕੇ ਪੈ ਜਾਣ ਅਸੀਂ ਅੱਜ ਸਾਰੇ ਮੋਗੇ ਸ਼ਹਿਰ ਦੇ ਵਿੱਚ ਅਪੀਲ ਕਰਕੇ ਆਏ ਹਾਂ ਕਿ ਸਾਰੇ ਜਣੇ ਆਪਣੀਆਂ ਦੁਕਾਨਾਂ ਸਟੋਰ ਕਰਿਆਨਾ ਸਟੋਰ ਜੋ ਵੀ ਆ ਬੰਦ ਰੱਖਿਓ ਤੋਂ ਮੈਨੂੰ ਲੱਗਦਾ ਕਿ ਸਪੋਰਟ ਕਰਨਗੇ ਸੋ ਇਹ ਲੜਾਈ ਸਾਡੀ ਸਭ ਦੀ ਸਾਂਝੀ ਲੜਾਈ ਹੈ ਜੀ ਅਤੇ ਇੱਥੇ ਅਸੀਂ ਕਿਸੇ ਵੀ ਪੋਲੀਟੀਕਲ ਪਾਰਟੀ ਵੱਲੋਂ ਨਹੀਂ ਆਏ ਆਪਣਾ ਫਰਜ਼ ਸਮਝ ਕੇ ਆਏ ਹਾਂ ਸੋ ਇਹ ਲੜਾਈ ਆਪਾਂ ਸਾਰਿਆਂ ਨੇ ਰਲ ਮਿਲ ਕੇ ਜਿੱਤਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ।